ਕਿੱਥੋਂ ਦਿਓ ਪਾਲੀ ਵਾਲਾ ਯਾ ਮੇਰਾ ਵਾ ਮੁਖ ਮੁਖ ਮਰ ਤੇ ਕੀ ਹੋਇਆ ਹੁਣ ਇਹ ਜਵੀਰੇ ਦੂਜਾ ਮੇਰਾ ਘਰ ਵਾਲਾ ਦੂਸਰਾ ਵਿਆਹ ਕਰਵਾ ਰਿਹਾ ਹੂੰ ਕਿੱਥੇ ਕਰਾ ਰਿਹਾ ਹੈ ਇੱਥੇ ਕਲਰ ਖੇੜਾ ਹੂੰ ਹਾਂਜੀ ਕਿੰਨੇ ਸਾਲ ਹੋ ਗਏ ਵਿਆਹ ਨੂੰ ਤੁਹਾਡੇ 4 ਸਾਲ ਹੂੰ ਕਿੰਨੇ ਬੱਚੇ ਹੈ ਇੱਕ ਬੱਚਾ ਹੈ ਹੂੰ ਕਿੰਨੇ ਟਾਈਮ ਤੋਂ ਤੁਸੀਂ ਘਰ ਬੈਠੇ ਹੋ 2 ਸਾਲ 14 ਮਹੀਨੇ ਹੂੰ ਤੇ ਤੁਸੀਂ ਹੁਣ ਮੰਗ ਕੀ ਕਰਦੇ ਹੋ ਇੱਥੇ ਮੰਗ ਹੈ ਮੈਂ ਘਰ ਬਣਾ रुकाया माड़ा मटा जी उन्हें कहा जी मैंने कमरा पा दो मतलब को कमरा घुमा जिम्मे चाचा थोड़ा से कमरा सी जी इन्हें माड़ा ना लिया तो चाची थोड़ी उन्हें समान भार पर छुट्टी इन्हें सामने पता लग गया जड़ी मैंने समान भार कटते इन्हों ना लैं बच्चे वो कौन तो मतलब क्या ही नहीं टाइम तो करे हाँ जी हूँ चौथा साल चढ़ पाया जी छ के गया जी दोवें जी छड़ के गए जी बिल सलाह सलाम असी हम सेवा की सारा कुछ हूँ तो 4 साल बाद आई थी उस तो बाद मैं क्या जी इस तरह भी हफ्ते बाद बुद्धि ने भी क्या है इस तरह जी मेरे को मैं ढिली हो गई सा भी मैं लै जाओ तो उन्होंने असं ले जाने ही नहीं उत्थे बैठी है मैं भी फिर हफ्ते बाद राधे कुड़मू ने फोन लाया जी जी हाँ जी बुद्धि ठीक हो गई है तो माड़ा जा तुम लोया जाओ रुकाया छोटे ਵੱਡਾ ਤਾਂ ਪਹਿਲਾਂ ਹੀ ਵਿਆਹ ਹੋਇਆ ਸੀ ਜੀ ਉਹਨਾਂ ਦੱਸਿਆ ਨਹੀਂ ਉਹਦੇ ਤਲਾਕ ਹੋ ਗਿਆ ਸੀ ਤਲਾਕ ਹੋ ਗਿਆ ਨਹੀਂ ਜਿਹੜਾ ਤੁਸੀਂ ਇੱਕ ਹੋਰ ਪਤਾ ਲੱਗਿਆ ਜਿਹੜਾ ਕਾਰਡ ਚ ਪਾਇਆ ਉਹਦੇ ਚ ਨਾਂ ਛੋਟੇ ਲੜਕੇ ਦਾ ਜੀ ਹਾਂਜੀ ਆ ਰਿਹਾ ਨਾਮ ਦਰਖਾਸਤ ਦਿੱਤੀ ਸੀ ਕੁਲਜੀਤ ਕੌਰ ਵਾਈਫ ਸੁਖਿੰਦਰ ਪਾਲ ਨੇ ਤੇ ਮੇਰੀ ਪਹਿਲਾਂ ਸ਼ਾਦੀ ਹੋਈ ਹੋਈ ਹੈ 4-5 ਸਾਲ ਪਹਿਲਾਂ ਤੇ ਜਿਹੜਾ ਮੇਰਾ ਘਰ ਵਾਲਾ ਉਹ ਮੇਰੀ ਸਹਿਮਤੀ ਤੋਂ ਬਿਨਾਂ ਜਾਂ ਮੇਰੇ ਨਾਲ ਤਲਾਕ ਲਾਏ ਤੋਂ ਬਿਨਾਂ ਜਿਹੜਾ ਉਹ ਵਿਆਹ ਕਰਵਾ ਰਿਹਾ ਜੀ ਤੇ ਜਿਸ ਤੇ ਉਹ ਪਹਿਲਾਂ ਹੀ ਕੁਛ ਮੁਦਵਰ ਆਦਮੀ ਜਿਹੜੇ ਉੱਥੇ ਪਹੁੰਚੇ ਸੀ ਅਤੇ ਦੋਵੇਂ ਪਾਰਟੀਆਂ ਜਿਹੜੀਆਂ ਨੇ ਚੌਂਕੀ ਆ ਗਈਆਂ ਨੇ ਜਿਹੜਾ ਵਿਆਹ ਦੀ ਰਸਮ ਜਿਹੜੀ ਹੈ ਨਹੀਂ ਹੋਈ ਹੋ ਸਕੀ ਹੁਣ ਦੋਵੇਂ ਧਿਰਾਂ ਜਿਹੜੀਆਂ ਚੌਂਕੀ ਨੇ ਜੋ ਇਹ ਆਪਣੀ ਸਹਿਮਤੀ ਦੇਣੀ ਹੈ ਜਾਂ ਜੋ ਇਹ ਚਾਹੁੰਦੇ ਨੇ ਉਸ ਹਿਸਾਬ ਨਾਲ ਰਿਪੋਰਟਮੈਂਟ ਜੀ ਕਰ ਵੀ ਕਰੇ ਕਾਨੂੰਨੀ ਜਿਹੜਾ ਦਾਇਰੇ 'ਚ ਵੇਖਿਆ ਜਾਵੇ ਤਾਂ ਇਹ ਅਪਰਾਧ ਨਹੀਂ ਹੈਗਾ ਜਿਹੜਾ ਦੂਜੇ ਵਿਆਹ ਕਰਾਉਣਾ ਨਹੀਂ ਕਾਨੂੰਨੀ ਦਾਇਰੇ 'ਚ ਅਪਰਾਧ ਹੈ ਪਰ ਅਪਰਾਧ ਜਿਹੜਾ ਹੈ ਉਹ ਇੱਕ 494 IPC ਜਿਹੜੀ ਹੈ ਉਹਦੇ ਤਹਿਤ ਕੋਰਟ 'ਚ ਲਗਸਾ ਕਰ ਸਕਦੇ ਆਪਦੀ ਕੋਰਟ ਚਾਰਾ ਜੋਈ ਕਰਦੇ ਤੇ ਫਿਰ ਤੁਸੀਂ ਆਪਦੇ ਵੱਲੋਂ ਕੋਈ ਕਾਰਵਾਈ ਕਰ ਰਹੇ ਹੋ ਫਿਰ ਹਾਂ ਸਾਡੇ ਕੋਲ ਦੋ ਇਹਨਾਂ ਦਰਖਾਸਤ ਸੀ ਅਸੀਂ ਉਹਦਾ ਨਿਪਟਾਰਾ ਕਰਾਂਗੇ।